ਦੋਸਤੋ ਆਪਾਂ ਬਾਜ਼ਾਰਾਂ ਦੇ ਵਿੱਚ ਇਸ ਤਰ੍ਹਾਂ ਕੈਨੀਆਂ ਵਾਲਾ ਪਾਣੀ ਲੈਂਦੇ ਹਾਂ ਜਾਂ ਟੈਂਕੀਆਂ ਵਾਲਾ ਪਾਣੀ ਲੈਂਦੇ ਹਾਂ, ਇਹ ਪਾਣੀ ਆਪਣੇ ਕੋਲ ਇਸ ਤਰ੍ਹਾਂ ਪਹੁੰਚਦਾ। ਅੱਜ ਆਪਾਂ ਪਹਿਲਾਂ ਗਲਾਸ ਵੇਖ ਲਓ, ਅੱਜ ਆਪਾਂ ਇਹਦਾ ਐਲਕਲਾਈਨ ਟੈਸਟ ਕਰਾਂਗੇ ਕਿ ਇਹ ਪਾਣੀ ਆਪਣੇ ਵਾਸਤੇ ਕਿੰਨਾ ਕੁ ਹੈਲਦੀ ਹੈ, ਕਿੰਨਾ ਕੁ ਨਹੀਂ। ਦੂਸਰੇ ਇੱਕ ਗਲਾਸ ਹੈਗਾ, ਉਹਦੇ ਵਿੱਚ ਆਪਾਂ ਐਲਕਲਾਈਨ ਵਾਟਰ ਲਿਆ ਹੋਇਆ, ਉਹ ਵੀ ਦਿਖਾਉਂਦੇ ਹਾਂ, ਫਿਰ ਆਪਾਂ ਕਰਦੇ ਹਾਂ ਟੈਸਟ। ਆਹ ਦੇਖੋ ਦੋਸਤੋ, ਆਪਾਂ ਆਹ ਗਲਾਸ ਦੇ ਵਿੱਚ ਜਿਹੜਾ ਬੋਟਲ ਵਾਲਾ ਪਾਣੀ ਭਰਿਆ ਸੀ ਅਤੇ ਇਹ ਆਪਾਂ ਐਲਕਲਾਈਨ ਵਾਟਰ ਲਿਆ ਹੋਇਆ। ਇਹ ਮੇਰੇ ਕੋਲ ਪੀ ਐੱਚ ਸਕੇਲ ਵੀ ਹੈਗਾ ਵੀ ਕਿਹੜਾ ਪਾਣੀ ਆਪਣੇ ਵਾਸਤੇ ਹੈਲਦੀ ਹੈ, ਕਿਹੜਾ ਨਹੀਂ। ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਪੀ ਐੱਚ ਟੈਸਟਰ ਹੈਗਾ, ਆਹ ਦੇਖੋ, ਇਹ ਪੀ ਐੱਚ ਟੈਸਟਰ ਜਿਹੜਾ ਹੈਗਾ ਉਹਨੂੰ ਆਪਾਂ ਜਾਂਚ ਕਰਾਂਗੇ ਵੀ ਇਹ ਕਿਹੜਾ ਪਾਣੀ ਆਪਣੇ ਵਾਸਤੇ ਸੂਟੇਬਲ ਹੈ, ਕਿਹੜਾ ਨਹੀਂ। ਸਾਡੇ ਨਾਲ ਨੇ ਯੂਰੇਕਾ ਹਾਊਸ ਤੋਂ ਸੁਨੀਲ ਗਾਂਧੀ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਆਹ ਟੈਸਟ ਕਰਾਂਗੇ। ਸਰ ਸਵਾਗਤ ਹੈ ਜੀ। ਹਾਂਜੀ ਹਾਂਜੀ, ਨਮਸਕਾਰ ਸਰ। ਨਮਸਕਾਰ ਜੀ। ਸਰ ਕਰੀਏ ਟੈਸਟ ਜੀ? ਬਿਲਕੁਲ ਸਰ, ਬਿਲਕੁਲ। ਲਓ ਜੀ, ਪਹਿਲਾਂ ਸਰ ਪੀ ਐੱਚ ਇਹਦੇ ਬਾਰੇ ਦੱਸ ਦਿਓ, ਸਕੇਲ ਬਾਰੇ ਜੀ। ਸਰ ਆਹ ਪੀ ਐੱਚ ਸਕੇਲ ਤੁਸੀਂ ਦੇਖ ਰਹੇ ਹੋ, ਪੜ੍ਹ ਰਹੇ ਹੋ ਤੁਸੀਂ, ਠੀਕ ਹੈ। ਇਹਦੇ ਅਲੱਗ ਅਲੱਗ ਕਲਰ ਹੈਗੇ ਜਿਹੜੇ ਸਾਹਮਣੇ ਦਿਖਾਏ ਗਏ ਹੈ ਜੀ, ਠੀਕ ਹੈ। ਜਿਹੜਾ ਫਸਟ ਆ ਜਿਹੜਾ ਰੈੱਡ ਤੇ ਬਲੂ ਗ੍ਰੀਨ, ਆਹ ਗ੍ਰੀਨ ਜਿਹਾ ਕਲਰ ਹੈਗਾ, ਇਹ ਐਸਿਡਿਕ ਕਲਰ ਆ ਗਿਆ, ਜਿਵੇਂ 4 ਪੀ ਐੱਚ ਹੋ ਗਿਆ, ਠੀਕ ਹੈ। ਫਿਰ 5 ਹੋ ਗਿਆ, ਫਿਰ 6 ਹੋ ਗਿਆ, ਠੀਕ ਹੈ। ਫਿਰ 7 ਹੋ ਗਿਆ। ਜਿਹੜਾ ਆਪਣੇ ਵਾਸਤੇ ਜਿਹੜਾ ਅੱਛਾ ਪੀ ਐੱਚ ਚਾਹੀਦਾ, ਆਪਾਂ ਨੂੰ 9 ਪੀ ਐੱਚ ਦਾ ਪਾਣੀ ਚਾਹੀਦਾ ਸਰ, ਠੀਕ ਹੈ। ਜੇ ਆਪਾਂ ਟੈਸਟ ਕਰੀਏ ਤਾਂ ਜਿਹੜਾ ਪਾਣੀ ਹੈ ਜਿਹੜਾ ਬਲੂ ਹੋ ਜਾਵੇ, ਠੀਕ, ਪ੍ਰੋਪਰ ਬਲੂ ਹੋ ਜਾਵੇ, ਉਹ ਅੱਛਾ ਪਾਣੀ ਹੈ ਸਰ, ਠੀਕ ਹੈ। ਠੀਕ ਹੈ, ਅੱਜ ਕੱਲ੍ਹ ਜਿਹੜੀ ਕੈਂਗਨ ਵਾਟਰ ਮਸ਼ੀਨ ਆ ਰਹੀ ਹੈ, ਠੀਕ ਹੈ, ਠੀਕ ਹੈ, ਮਤਲਬ 3 ਲੱਖ ਰੁਪਏ ਦੀ ਮਸ਼ੀਨ ਹੈਗੀ, ਉਹ ਵੀ ਪੀ ਐੱਚ 9 ਪੀ ਐੱਚ ਦਾ ਪਾਣੀ ਦਿੰਦੀ ਹੈ, ਜਿਹੜਾ ਸਾਡਾ ਐਲਕਲਾਈਨ ਆਰ ਓ ਦੇਗਾ ਸਰ, ਬੈਸਟ ਆਰ ਓ, ਠੀਕ ਹੈ। ਤੇ ਆਪਾਂ ਸਰ ਟੈਸਟ ਕਰੀਏ? ਬਿਲਕੁਲ ਸਰ, ਬਿਲਕੁਲ ਟੈਸਟ ਕਰਦੇ ਆਪਾਂ। ਕਰੋ ਜੀ, ਠੀਕ ਹੈ ਜੀ। ਇਹ ਆਪਾਂ ਨੋਰਮਲ ਵਾਟਰ ਹੈ ਸਰ? ਹਾਂ, ਇਹ ਆਪਾਂ ਲਿਆ ਸੀਗਾ ਕੈਨੀ ਵਾਲਾ ਪਾਣੀ। ਹਾਂਜੀ ਹਾਂਜੀ, ਇਹ ਕੈਨੀ ਵਾਲਾ ਤੁਸੀਂ ਦੇਖ ਲਓ, ਇੰਨਾ ਪਾਤਾ ਜੀ ਆਪਾਂ, ਲਿਕੁਇਡ ਕਾਫੀ ਲਿਕੁਇਡ ਪਾਤਾ, ਫਿਰ ਵੀ ਇਹ ਕੀ ਹੈ ਕਲਰ ਤੁਸੀਂ ਦੇਖ ਲਓ, ਇਹ ਗ੍ਰੀਨ ਕਲਰ। ਹਾਂ, ਇਹ ਯੈਲੋ ਤੇ ਗ੍ਰੀਨ ਦੇ ਵਿਚ ਆ ਰਿਹਾ, 5 ਤੇ 6 ਤੇ ਰਹਿ ਗਿਆ ਸਰ, ਠੀਕ ਹੈ। ਠੀਕ ਹੈ ਜੀ, ਇਹ ਐਲਕਲਾਈਨ ਵਾਟਰ, ਇਹ ਆਪਾਂ ਐਲਕਲਾਈਨ ਵਾਟਰ ਲਿਆ ਹੈ, ਠੀਕ ਹੈ, ਐਲਕਲਾਈਨ ਆਰ ਓ ਦਾ, ਠੀਕ ਹੈ। ਤੁਸੀਂ ਆਹ ਦੇਖੋ, ਆਹ ਦੇਖੋ ਜੀ, ਬਲੂ ਹੋ ਗਿਆ ਜੀ ਪੂਰਾ, ਬਿਲਕੁਲ ਹੀ ਡਿਫਰੈਂਸ ਹੋ ਗਿਆ ਜੀ, ਬਿਲਕੁਲ ਬਿਲਕੁਲ ਸਰ। ਤੁਸੀਂ ਆਹ ਚੈੱਕ ਕਰ ਸਕਦੇ ਹੋ ਸਰ, ਇਹ ਜਨਰਲ ਨੌਲੇਜ ਦੀ ਗੱਲ ਹੈ ਸਰ, ਕੋਈ ਆਪਣੇ ਸਾਰੇ ਗ੍ਰਾਹਕ ਹੈ ਪੂਰੇ ਅਬੋਰ ਜਾਂ ਨਜ਼ਦੀਕੀ ਕਿਸੇ ਵੀ ਪਿੰਡ ਦੇ ਬੰਦੇ ਹੈ, ਉਹ ਚੈੱਕ ਕਰ ਸਕਦੇ ਗੂਗਲ ਤੇ ਵੀ, ਠੀਕ ਹੈ, ਕਿ ਕਿੰਨਾ ਪੀ ਐੱਚ ਦਾ ਪਾਣੀ ਪੀਣਾ ਚਾਹੀਦਾ ਤੇ ਕਿੰਨਾ ਮਤਲਬ ਪੀ ਐੱਚ ਜਿਹੜਾ ਮਤਲਬ ਆਪਣੇ ਪ੍ਰੋਪਰ ਆਪਾਂ ਪੀ ਐੱਚ ਟੈਸਟ ਦਾ ਜਿਹੜਾ ਆਪਾਂ ਆਨਲਾਈਨ ਵੀ ਆਰਡਰ ਕਰ ਸਕਦੇ ਹੈਗੇ, ਠੀਕ ਹੈ। ਬੜਾ ਸਸਤਾ ਹੈ ਪ੍ਰੋਡਕਟ, ਹੈ ਲਗਭਗ ਆਨਲਾਈਨ ਵਾਲਾ 30 ਰੁਪਏ ਤੱਕ ਪੀ ਐੱਚ ਟੈਸਟ ਆ ਜਾਂਦਾ, ਆਪਾਂ ਆਪਦੇ ਘਰੇ ਮੰਗਾ ਕੇ ਚੈੱਕ ਕਰ ਸਕਦੇ ਹਾਂ ਵੀ ਆਪਾਂ ਕੀ ਪੀ ਰਹੇ ਹਾਂ, ਠੀਕ ਹੈ। ਮਤਲਬ ਆਪਾਂ ਜਿਹੜੀ ਅੱਛਾ ਪੀ ਐੱਚ ਦਾ ਪਾਣੀ ਪੀਵਾਂਗੇ ਤਾਂ ਆਪਣੀ ਬੋਡੀ ਜਿਹੜੀ ਹੈ ਅੱਛੀ ਵਰਕਿੰਗ ਰਹੇਗੀ, ਕਿਉਂਕਿ ਆਪਣੀ ਬੋਡੀ 'ਚ ਜਿਹੜਾ ਹੈ 75% ਹਿੱਸਾ ਪਾਣੀ ਦਾ ਹੀ ਹੈ, ਠੀਕ ਹੈ ਜੀ। ਤੇ ਪਾਣੀ ਜਿਹੜਾ ਹੈ ਆਪਾਂ ਨੂੰ ਅੱਛੀ ਪਰਫਾਰਮੈਂਸ ਦੇਗਾ, ਆਪਣੀ ਸਿਹਤ ਸਹੀ ਰਹੇਗੀ, ਆਪਣੇ ਸਰੀਰ ਮਤਲਬ ਦਰਦ ਨਹੀਂ ਹੋਏਗਾ, ਠੀਕ ਹੈ। ਅੱਜ ਕੱਲ੍ਹ ਤੁਸੀਂ ਦੇਖੋ, ਛੋਟੇ ਤੋਂ ਛੋਟਾ ਬੱਚਾ ਵੀ ਕਹਿੰਦਾ ਜੀ ਮੇਰੇ ਸਰੀਰ 'ਚ ਦਰਦ ਰਹਿੰਦਾ ਹੈ, ਠੀਕ ਹੈ ਜੀ। ਯੂਰੇਕਾ ਹਾਊਸ ਕਿਹੜੀਆਂ ਕਿਹੜੀਆਂ ਹੁਣ ਸਕੀਮਾਂ ਦੇਣ ਜਾ ਰਿਹਾ ਜਿਹੜਾ ਕਿ ਲੋਕਾਂ ਨੂੰ ਸਾਫ਼ ਪਾਣੀ ਮਿਲ ਸਕੇ? ਸਰ ਅਸੀਂ ਸ਼ੁਰੂ ਤੋਂ ਹੀ ਬਹੁਤ ਅੱਛੇ ਆਫਰ ਦੇ ਰਹੇ ਹਾਂ, ਠੀਕ ਹੈ, ਸ਼ੁਰੂ ਤੋਂ ਹੀ, ਠੀਕ ਹੈ। ਹੁਣ ਇਸ ਤੇ ਮਤਲਬ ਗਰਮੀਆਂ ਦਾ ਮੌਸਮ ਹੈ, ਇਸ ਕਰਕੇ ਅਸੀਂ ਇੱਕ ਤਾਂ ਬਹੁਤ ਹੀ ਅੱਛੇ ਨਵੇਂ ਮਾਡਲ ਲੈ ਕੇ ਆਏ ਹਾਂ, ਠੀਕ ਹੈ, ਠੀਕ ਹੈ, ਅੱਛੇ ਮਾਡਲ ਲੈ ਕੇ ਆਏ ਹਾਂ। ਸੈਕਿੰਡ ਜਿਹੜੇ ਹੈਗੇ, ਅਸੀਂ ਜਿਹੜੇ ਮਾਡਲ ਮਾਰਕੀਟ 'ਚ 7,500 ਰੁਪਏ ਦਾ ਵਿਕ ਰਿਹਾ, ਉਹ ਆਰ ਓ ਅਸੀਂ 6,500 ਦਾ ਦੇ ਰਹੇ ਹਾਂ ਐਲਕਲਾਈਨ ਆਰ ਓ। ਕਿਹੜੇ ਕਿਹੜੇ ਆਰ ਓ ਜਿਹੜੇ ਆਪਣੇ ਕੋਲ ਹੈਗੇ ਆ ਜੀ? ਸਰ ਆਪਣੇ ਕੋਲ ਸਭ ਤੋਂ ਪਹਿਲਾਂ ਜਿਹੜੀ ਡਿਸਟ੍ਰੀਬਿਊਟਰ ਹੈਗੀ ਐਕਵਾਗਾਰਡ ਕੰਪਨੀ ਦੀ, ਜਿਹੜਾ ਆਪਾਂ ਹਰ ਵਾਰ ਅੱਜ 15 ਸਾਲਾਂ ਤੋਂ ਵੇਚ ਰਹੇ ਹਾਂ, ਤੇ ਸਭ ਤੋਂ ਜ਼ਿਆਦਾ ਆਰ ਓ ਐਕਵਾਗਾਰਡ ਆਪਾਂ ਹੀ ਵੇਚ ਰਹੇ ਹਾਂ। ਮਤਲਬ ਸਰਵਿਸ ਸੈਂਟਰ ਵੀ ਆਪਣੇ ਕੋਲ ਹੈ ਸਰ ਐਕਵਾਗਾਰਡ ਦਾ, ਤੁਸੀਂ ਐਕਵਾਗਾਰਡ ਦੇ ਮਾਡਲ, ਤੁਸੀਂ ਐਲਕਲਾਈਨ ਆਰ ਓ, ਸਿੰਪਲ ਆਰ ਓ, ਕੋਪਰ ਵਾਲੇ ਆਰ ਓ, ਸਟੀਲ ਟੈਂਕ ਵਾਲੇ ਆਰ ਓ, ਸਰ ਸਟੀਲ ਟੈਂਕ ਅੱਜ ਕੱਲ੍ਹ ਐਕਵਾਗਾਰਡ ਕੰਪਨੀ ਨੇ ਸਟੀਲ ਟੈਂਕ ਵਾਲੇ ਆਰ ਓ ਵੀ ਲਾਂਚ ਕਰਤੇ ਹੈ, ਤੁਸੀਂ ਇਹਨਾਂ ਦੀ ਰੇਂਜ ਸਾਡੇ ਕੋਲ ਪੂਰੇ ਪ੍ਰੋਡਕਟ ਪਏ ਹੈ, ਆਹ ਦਿਖਾਓ ਐਕਵਾਗਾਰਡ ਦੇ ਸਾਰੇ ਮਾਡਲ ਹੈਗੇ ਸਾਰੇ ਕੋਲ, ਠੀਕ ਹੈ ਜੀ। ਕੋਈ ਵੀ ਗ੍ਰਾਹਕ ਐਕਵਾਗਾਰਡ ਲੈਣ ਤੋਂ ਪਹਿਲਾਂ ਸਾਨੂੰ ਇੱਕ ਵਾਰ ਜ਼ਰੂਰ ਕੰਟੈਕਟ ਕਰੇ, ਅਸੀਂ ਇੱਕ ਤਾਂ ਜਿਹੜਾ ਆਰ ਓ ਹੈਗਾ ਬਹੁਤ ਹੀ ਅੱਛੇ ਰੇਟ ਤੇ ਦੇਵਾਂਗੇ, ਨਾਲ ਪ੍ਰੋਪਰ ਸਰਵਿਸ ਦੇਵਾਂਗੇ ਸਰ, ਠੀਕ ਹੈ।
ਠੀਕ ਹੈ, ਪ੍ਰੋਪਰ ਸਰਵਿਸ ਮਿਲੇਗੀ ਕੰਪਨੀ ਤਰਫੋਂ, ਪ੍ਰੀ ਫਿਲਟਰ ਨਾਲ ਫ੍ਰੀ ਮਿਲੇਗਾ, ਨਾਲ ਚਾਰ ਫਿਲਟਰ ਐਕਸਟਰਾ ਫ੍ਰੀ ਮਿਲਣਗੇ ਸਰ। ਕੀ ਬਾਤ ਹੈ, ਠੀਕ ਹੈ, ਚਾਰ ਫਿਲਟਰਾਂ ਦੀ ਅਸੀਂ ਨਾਲ ਸਕੀਮ ਦੇ ਰਹੇ ਹਾਂ ਜਿਹੜਾ ਸਾਡੇ ਨਾਲ ਜੁੜੇਗਾ, ਠੀਕ ਹੈ, ਅੱਛੀ ਸਰਵਿਸ ਦੇਵਾਂਗੇ, 4 ਸਾਲ ਦੀ ਪ੍ਰੋਪਰ ਸਰਵਿਸ ਕੰਪਨੀ ਦੀ ਫ੍ਰੀ ਹੈਗੀ ਹੈ, 4 ਸਾਲ ਦੀ ਸਰਵਿਸ। ਤੇ ਉਹਦੇ ਇਲਾਵਾ ਆਪਣੇ ਕੋਲ ਜਿਵੇਂ ਤੁਸੀਂ ਆਹ ਮਾਡਲ ਆਪਾਂ ਦੇਖੀਏ, ਲੀਪ ਪਿਓਰ ਦੇ ਵੀ ਸਰ ਆਪਣੇ ਕੋਲ ਆਰ ਓ ਹੈਗੇ ਹੈ, ਲੀਪ ਪਿਓਰ ਦੇ ਆਪਣੇ ਕੋਲ ਸਾਰੇ ਮਾਡਲ ਅਵੇਲੇਬਲ ਹੈ, ਕੋਪਰ ਮਾਡਲ ਜਿਵੇਂ ਆ, ਬੋਲਟ ਮਾਡਲ ਕੋਪਰ ਦਾ ਹੈ ਸਰ, ਬਹੁਤ ਅੱਛਾ ਮਾਡਲ ਹੈ, ਠੀਕ ਹੈ ਜੀ। ਉਹਦੇ ਬਾਅਦ ਆ ਨੀਚੇ ਇੰਟੈਲੀਜੈਂਟ ਆਰ ਓ ਆ ਗਿਆ ਸਰ, ਬਹੁਤ ਹੀ ਅੱਛਾ ਲੀਪ ਪਿਓਰ ਦਾ ਆਰ ਓ ਹੈ, ਸਭ ਤੋਂ ਬੈਸਟ ਆਪਾਂ ਕਹਿ ਸਕਦੇ ਹਾਂ, ਠੀਕ ਹੈ ਜੀ। ਇਹਦੇ ਬਾਅਦ ਆਪਣੇ ਕੋਲ ਟੱਚ ਪਲੱਸ ਆਪਾਂ ਮਾਡਲ ਲੈਣਾ ਲੀਪ ਪਿਓਰ ਦਾ, ਉਹ ਵੀ ਆਪਣੇ ਕੋਲ ਅਵੇਲੇਬਲ ਹੈ, ਠੀਕ ਹੈ। ਇਹ ਵੀ ਆਪਣੇ ਕੋਲ ਬਹੁਤ ਹੀ ਅੱਛੇ ਰੀਜਨੇਬਲ ਰੇਟ ਸਰ, ਕੁਆਲਿਟੀ ਪ੍ਰੋਡਕਟ ਹੈ, ਰੇਟ ਬਾਜ਼ਾਰ ਨਾਲ ਰੀਜਨੇਬਲ ਹੈ, ਪਲੱਸ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਸਰ, ਮੈਂ ਹਰ ਗ੍ਰਾਹਕ ਨੂੰ ਕਹਿੰਦਾ ਤੁਸੀਂ ਪ੍ਰੋਡਕਟ ਲੈਣਾ ਜਿੱਥੋਂ ਮਰਜ਼ੀ ਲਓ, ਲੇਕਿਨ ਸਰਵਿਸ ਆਫਟਰ ਸੇਲ ਸਰਵਿਸ ਜ਼ਰੂਰ ਚੈੱਕ ਕਰੋ ਕਿ ਜਿਹੜੇ ਦੁਕਾਨਦਾਰ ਤੋਂ ਆਪਾਂ ਲੈ ਰਹੇ ਹਾਂ ਕਿ ਉਹ ਸਰਵਿਸ ਆਪਾਂ ਨੂੰ ਪ੍ਰੋਪਰ ਦੇ ਦੂਗਾ, ਕਿ ਉਹਨੂੰ ਨੌਲੇਜ ਹੈਗੀ ਆਰ ਓ ਦੀ, ਸਰਵਿਸ ਦਿੰਦੇ ਹਾਂ ਪ੍ਰੋਡਕਟ ਨੌਲੇਜ ਪ੍ਰੋਪਰ ਹੈਗੀ, ਗ੍ਰਾਹਕ ਨੂੰ ਗਾਈਡ ਸਹੀ ਕਰਦੇ ਹਾਂ ਅਸੀਂ, ਠੀਕ ਹੈ। ਇਹ ਨਹੀਂ ਕਿ ਅਸੀਂ ਚੁੱਪ ਚਾਪ ਆਰ ਓ ਲਾਤਾ ਤੇ ਮਤਲਬ ਗੱਲ ਖਤਮ ਕਰਤੀ, ਅਸੀਂ ਪ੍ਰੋਪਰ ਸਰਵਿਸ ਦੇਣੀ ਹੈ, ਪ੍ਰੋਡਕਟ ਵੀ ਅੱਛਾ ਦੇਵਾਂਗੇ, ਸਰਵਿਸ ਵੀ ਪ੍ਰੋਪਰ ਦੇਵਾਂਗੇ, ਚਾਹੇ ਬ੍ਰਾਂਡਡ ਐਕਵਾਗਾਰਡ ਆ ਜਾਵੇ, ਲੀਪ ਪਿਓਰ ਆ ਜਾਵੇ, ਕੈਂਟ ਆ ਜਾਵੇ, ਕੈਂਟ ਦੇ ਵੀ ਆਪਣੇ ਕੋਲ ਮਾਡਲ ਸਾਰੇ ਅਵੇਲੇਬਲ ਹੈਗੇ ਸਰ, ਕੈਂਟ ਦੇ ਵੀ ਤੁਸੀਂ ਮਾਡਲ ਦਿਖਾ ਸਕਦੇ ਹੋ ਸਰ, ਆ ਕੈਂਟ ਦੇ ਵੀ ਆਪਣੇ ਕੋਲ ਸਾਰੇ ਮਾਡਲ ਅਵੇਲੇਬਲ ਹੈ, ਕੈਂਟ ਦਾ ਆਰ ਓ ਜਿਹੜਾ ਆਪਣੇ ਕੋਲ 14,000 ਰੁਪਏ ਤੋਂ ਸਟਾਰਟ ਹੋ ਜਾਂਦਾ ਸਰ, ਅੱਛਾ ਮਾਡਲ ਕੈਂਟ ਦੇ ਆਪਣੇ ਕੋਲ ਸਾਰੇ ਮਾਡਲ ਅਵੇਲੇਬਲ ਹੈ, ਠੀਕ ਹੈ ਜੀ। ਠੀਕ ਹੈ, ਉਹਦੇ ਬਾਅਦ ਜਿਵੇਂ ਈਜੀ ਲਾਈਫ ਕੰਪਨੀ ਦੇ ਮਾਡਲ ਹੈਗੇ ਹੈ, ਇਹ ਆ ਗਏ ਐਲਕਲਾਈਨ ਕੋਪਰ ਮਾਡਲ ਸਰ, ਬੈਸਟ ਹੈ, ਵਿਦ ਇੰਡੀਕੇਟਰ ਹੈ ਸਰ, ਆਪਾਂ ਹਰ ਚੀਜ਼ ਦਾ ਅਲਰਟ ਦਿੰਦੇ ਹੈ ਕਿ ਮਤਲਬ ਜਿਵੇਂ ਪਹਿਲਾਂ ਆਰ ਓ ਆਉਂਦੇ ਸੀਗੇ ਉਹਨਾਂ 'ਚ ਪਤਾ ਨਹੀਂ ਹੁੰਦਾ ਸੀਗਾ ਕਿ ਆਪਾਂ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਸਾਊਂਡ ਨਾਲ ਆਪਾਂ ਚੈੱਕ ਕਰਨਾ ਪੈਂਦਾ, ਇਹਦੇ 'ਚ ਕੀ ਹੈ ਪਾਵਰ ਦਾ ਇੰਡੀਕੇਟਰ ਹੈਗਾ, ਪਿਊਰੀਫਿਕੇਸ਼ਨ ਦਾ ਆ ਗਿਆ, ਟੈਂਕ ਫੁੱਲ ਦਾ ਆ ਗਿਆ, ਇਹ ਇੰਡੀਕੇਟਰ ਬਕਾਇਦਾ ਇਹਨਾਂ ਦੇ ਕੰਪਨੀ ਦਿੱਤੇ ਹੈਗੇ, ਨਵਾਂ ਮਾਡਲ ਕਹਿ ਸਕਦੇ ਆਪਾਂ ਇਹਨੂੰ, ਠੀਕ ਹੈ, ਆਪਾਂ ਨੂੰ ਇਹ ਪਤਾ ਚੱਲ ਜਾਏਗਾ ਕਿ ਟੈਂਕ ਕਿੰਨਾ ਕੁ ਭਰਿਆ ਪਾਣੀ ਦਾ, ਠੀਕ ਹੈ ਜੀ। ਠੀਕ ਹੈ ਜੀ, ਪ੍ਰੋਪਰ ਬਹੁਤ ਹੀ ਅੱਛੇ ਮਾਡਲ ਹੈਗੇ ਹੈ, ਠੀਕ ਹੈ, ਅੱਛੀ ਸਰਵਿਸ ਹੈ ਕੰਪਨੀ ਦੀ ਪ੍ਰੋਪਰ। ਸਰ ਆਫਰ ਕਿਹੜੇ ਚੱਲ ਰਹੇ ਤੁਹਾਡੇ ਵੱਲੋਂ ਜੀ? ਆਫਰ ਸਰ ਇੱਕ ਤਾਂ ਜਿਹੜਾ ਆਪਣਾ ਜਿਹੜਾ ਆਫਰ ਹੈਗਾ, ਜਿਹੜਾ 3 ਸਾਲ ਦੀ ਕੰਪਨੀ ਦੀ ਫ੍ਰੀ ਸਰਵਿਸ ਹੈ ਬਿਲਕੁਲ, ਠੀਕ ਹੈ, 4 ਫਿਲਟਰ ਬਿਲਕੁਲ ਫ੍ਰੀ ਹੈਗੇ ਨਾਲ, ਠੀਕ ਹੈ, 4 ਫਿਲਟਰ ਬਿਲਕੁਲ ਫ੍ਰੀ ਸਰ, ਠੀਕ ਹੈ, ਜਿਹੜਾ ਆਫਰ 3 ਸਾਲ ਦੀ ਸਰਵਿਸ ਪਲੱਸ 4 ਫਿਲਟਰ ਕੋਈ ਵੀ ਨਹੀਂ ਦੇਗਾ ਸਰ, ਕੋਈ ਵੀ ਨਹੀਂ ਦੇਗਾ, ਅਸੀਂ ਆਥੋਰਾਈਜ਼ ਹੈਗੇ ਹਾਂ ਕੰਪਨੀ ਤਰਫੋਂ, ਆਥੋਰਾਈਜ਼ ਸਿਰਫ ਅਸੀਂ ਦੇਵਾਂਗੇ ਉਹ, ਠੀਕ ਹੈ, ਠੀਕ ਹੈ ਜੀ, ਪ੍ਰੋਪਰ ਸਰਵਿਸ ਵਧੀਆ, ਸਾਡਾ ਨੈਟਵਰਕ ਹੈ, ਸਾਡੇ ਕੋਲ ਵੈਲ ਐਜੂਕੇਟਡ ਸਟਾਫ ਹੈਗਾ ਜਿਹੜਾ ਮਤਲਬ ਆਪਣੇ ਕਸਟਮਰ ਦੇ ਘਰੇ ਜਾ ਕੇ ਸਰਵਿਸ ਕਰਕੇ ਆਉਂਦਾ, ਅੱਛੀ ਸਰਵਿਸ ਕਰਦਾ, ਕੋਈ ਅੱਜ ਤੱਕ ਸਾਡੇ ਕੋਲ ਕੋਈ ਕੰਪਲੇਨ ਨਹੀਂ ਆ ਰਹੀ, ਇਹਦੀ ਕੋਈ ਗ੍ਰਾਹਕ ਮੰਨ ਲਓ ਸੈਟਿਸਫਾਈ ਨਹੀਂ ਹੈ ਤਾਂ ਅਸੀਂ ਮੈਂ ਆਪ ਜਾ ਕੇ ਸੈਟਿਸਫਾਈ ਕਰਾ ਕੇ ਆਉਂਦਾ ਜੀ, ਜਿਹਦੀ ਗ੍ਰਾਹਕ ਸੈਟਿਸਫਾਈ ਨਹੀਂ। ਸਾਡੇ ਦਰਸ਼ਕਾਂ ਨੂੰ ਐਡਰੈਸ ਦੱਸ ਦਿਓ ਕਿਉਂਕਿ ਲੋਕਾਂ ਨੂੰ ਦਿੱਕਤ ਬੜੀ ਆਉਂਦੀ ਹੈ ਇਸ ਬਾਰੇ। ਹਾਂਜੀ, ਸਾਡਾ ਜਿਹੜਾ ਐਡਰੈਸ ਹੈਗਾ ਜੀ, ਤੁਸੀਂ ਜਿਹੜਾ ਕੰਧਵਾਲਾ ਰੋਡ ਜਿਹੜਾ ਹੈਗਾ, ਗਲੀ ਨੰਬਰ ਜਿਹੜਾ 10 ਹੈਗਾ, ਉਹਦੇ ਬਾਅਦ ਗੁਰਦੁਆਰਾ ਹੈਗਾ ਜੀ, ਠੀਕ ਹੈ ਜੀ, ਗੁਰਦੁਆਰੇ ਤੋਂ ਥੋੜਾ ਜਿਹਾ ਅੱਗੇ ਆਵਾਂਗੇ, ਬਾਲਾ ਜੀ ਸਵੀਟ ਹਾਊਸ ਮਿਲੇਗਾ ਆਪਾਂ ਨੂੰ, ਉਹਦੇ ਬਿਲਕੁਲ ਸਾਹਮਣੇ ਹੈ ਸਰ ਆਪਣਾ, ਬ੍ਰੇਕ ਹਾਊਸ ਦੇ ਨਾਮ ਤੋਂ ਆਰ ਓ ਦਾ ਆਫਿਸ ਹੈ, ਬਾਕੀ ਮੇਰਾ ਨੰਬਰ ਹੈਗਾ ਜੀ 9914787892, ਠੀਕ ਹੈ, ਕੋਈ ਵੀ ਕਸਟਮਰ ਮੈਨੂੰ ਕਾਲ ਕਰਕੇ ਐਡਰੈਸ ਕਨਫਰਮ ਕਰ ਸਕਦਾ ਹੈ, ਮਾਡਲ ਬਾਰੇ ਪੁੱਛ ਸਕਦਾ ਹੈ, ਫੋਟੋਆਂ ਮੰਗਾ ਸਕਦਾ ਹੈ, ਕੁਝ ਵੀ ਮਤਲਬ, ਠੀਕ ਹੈ, ਨੋਲੇਜ ਲੈਣਾ ਚਾਹੁੰਦਾ ਤਾਂ ਲੈ ਸਕਦਾ ਜੀ। ਜਿਨ੍ਹਾਂ ਦੇ ਪੁਰਾਣੇ ਆਰ ਓ ਲੱਗਿਆ ਉਹਨਾਂ ਵਾਸਤੇ ਕੀ ਆਫਰ ਰੱਖਿਆ ਸਰ? ਆਪਣੇ ਕੋਲ ਇੱਕ ਤਾਂ ਸਰ ਜਿਹੜੇ ਉਹ ਰੂਟੀਨ ਆਪਣੇ ਕੋਲ ਰਿਪੇਅਰ ਕਰਾਉਣਾ ਚਾਹੁੰਦੇ ਹੈ, ਉਹ ਰਿਪੇਅਰ ਕਰਾ ਸਕਦੇ ਹੈ, ਉਹ ਵੀ ਬੜੇ ਅੱਛੇ ਪ੍ਰਾਈਸ ਤੇ, ਠੀਕ ਹੈ, ਜੈਨੂਅਨ ਸਮਾਨ ਸਰ, ਐਕਵਾਗਾਰਡ ਕੰਪਨੀ ਦਾ ਸਮਾਨ ਆਪਣੇ ਕੋਲ, ਕੈਂਟ ਦਾ, ਲੀਪ ਪਿਓਰ ਦਾ, ਹਰ ਕੰਪਨੀ ਦਾ ਆਪਣੇ ਕੋਲ ਸਮਾਨ ਅਵੇਲੇਬਲ ਹੈ, ਠੀਕ ਹੈ, ਠੀਕ ਹੈ ਜੀ। ਆਪਾਂ ਜਿਹੜਾ ਬਿਲਕੁਲ ਵੀ ਲੋਕਲ ਪ੍ਰੋਡਕਟ ਦੇਸੀ ਸਮਾਨ ਨਹੀਂ ਰੱਖਦੇ, ਜਿਹੜਾ ਗ੍ਰਾਹਕ ਦੀ ਸਿਹਤ ਨਾਲ ਖਿਲਵਾੜ ਹੋਵੇ, ਠੀਕ ਹੈ, ਠੀਕ ਹੈ ਜੀ, ਆਪਾਂ ਰੱਖਦੇ ਹਾਂ ਬ੍ਰਾਂਡਡ ਸਮਾਨ, ISO ਜਿਹੜਾ ਵਾਟਰ ਕੁਆਲਿਟੀ ਦੁਆਰਾ ਟੈਸਟਡ ਹੁੰਦਾ, ਠੀਕ ਹੈ ਜੀ, ਉਹ ਪਲੱਸ ਅਸੀਂ ਆਪਾਂ ਰੀਜਨੇਬਲ ਰੇਟ ਲੈਂਦੇ ਹਾਂ, MRP ਤੋਂ ਜਿਹੜਾ ਹੈਗਾ ਅਸੀਂ ਜਿਹੜਾ ਨੋਰਮਲ 15-20% ਡਿਸਕਾਊਂਟ ਦਿੰਦੇ ਹਾਂ, ਠੀਕ ਹੈ, ਜਿਹੜਾ ਜਿਹੜਾ ਬਾਜ਼ਾਰ ਤੁਸੀਂ ਟਰਾਈ ਕਰੋਗੇ ਤੁਹਾਨੂੰ ਬ੍ਰਾਂਡਡ ਪਾਰਟਸ ਕੋਈ ਵੀ MRP ਤੇ ਮਿਲੇਗਾ,
ਠੀਕ ਹੈ। ਆਰੋ ਮੈਂਬਰਨ ਹੈ ਜਿਹੜੀ ਲਗਭਗ ਬਾਜ਼ਾਰ ਜਿਹੜੀ ਹੈਗੀ ਹੈ ਅੱਛੀ ਮੈਂਬਰਨ ਤੁਹਾਨੂੰ 1300-1400 ਰੁਪਏ ਦੀ ਮਿਲੇਗੀ, ਜਿਹੜੀ ਆਪਾਂ ਦੇ ਰਹੇ 1000 ਰੁਪਏ ਦੀ ਸਰ, ਠੀਕ ਹੈ। ਬਾਜ਼ਾਰ ਜਿਹੜੀ ਮਤਲਬ ਜਿਵੇਂ ਆਪਾਂ ਕਹਿ ਲੈਂਦੇ ਜਿਵੇਂ ਇੰਡੀਅਨ ਮੇਡ ਆਰ ਓ ਵਾਲੇ, ਮੇਕ ਇਨ ਇੰਡੀਆ, ਮੇਕ ਇਨ ਇੰਡੀਆ ਵਾਲੇ ਮੈਂਬਰ ਨਾਲ ਲੋਕੀ ਕੋਈ 1000 ਦੀ ਪਾ ਰਹੇ, ਕੋਈ 900 ਦੀ ਪਾ ਰਹੇ, ਅਸੀਂ ਉਹ 500 ਰੁਪਏ ਦੀ ਪਾ ਰਹੇ ਹਾਂ ਸਰ, ਠੀਕ ਹੈ। 500 ਰੁਪਏ ਦਾ ਫਿਲਟਰ, ਜੈਨੂਇਨ ਫਿਲਟਰ ਸਰ, ਵਿਦ 1 ਈਅਰ ਗਾਰੰਟੀ ਸਰ, ਠੀਕ ਹੈ। 1 ਈਅਰ ਗਾਰੰਟੀ ਦੇਵਾਂਗੇ, ਰਿਟਰਨ 'ਚ ਦੇਵਾਂਗੇ, ਪੱਕਾ ਬਿੱਲ ਦੇਵਾਂਗੇ, ਲਿਖ ਕੇ ਦੇਵਾਂਗੇ, ਠੀਕ ਹੈ। ਇਹ ਨਹੀਂ ਹੈ ਕਿ ਉਚੰਤੀ ਤੁਸੀਂ ਲੈ ਜਾਓ ਜੀ, ਠੀਕ ਹੈ। ਪ੍ਰੋਪਰ ਸਰਵਿਸ ਜਿਨ੍ਹਾਂ ਦੇ ਆਰ ਓ ਜ਼ਿਆਦਾ ਪੁਰਾਣੇ ਹੋ ਚੁੱਕੇ ਹੈ ਉਹ ਸਾਡੇ ਕੋਲ ਆਰ ਓ ਬਦਲਾ ਸਕਦੇ ਹੈ, ਠੀਕ ਹੈ। ਉਹਨਾਂ ਦਾ ਆਰ ਓ ਅਸੀਂ 1500-2000 ਰੁਪਏ ਤੱਕ ਅਸੀਂ ਐਕਸਚੇਂਜ ਕਰ ਦਿਆਂਗੇ, ਠੀਕ ਹੈ। ਜਿਨ੍ਹਾਂ ਦੇ ਆਰ ਓ ਜ਼ਿਆਦਾ ਪੁਰਾਣੇ ਹੋਏ, ਔਰ ਜਿਨ ਜਿਹੜੇ ਆਰ ਓ ਦੇ ਪੁਰਾਣੇ ਆਰ ਓ ਜਿਨ੍ਹਾਂ ਦਾ ਓਲਡ ਮਾਡਲ ਲੱਗਿਆ ਉਹ ਆਪਦੇ ਆਰ ਓ 'ਚ ਐਲਕਲਾਈਨ ਐਡ ਕਰਵਾਉਣਾ ਚਾਹੁੰਦੇ ਆ ਤਾਂ ਐਲਕਲਾਈਨ ਵਾਲਾ ਪ੍ਰੋਡਕਟ ਐਡ ਕਰਵਾ ਸਕਦੇ ਆ, ਠੀਕ ਹੈ। ਜਿਹਦਾ ਪੀ ਐਚ ਜਿਹੜਾ 9 ਰਹੇਗਾ ਸਾਡੀ ਗਰੰਟੀ ਰਹੇਗੀ 1 ਸਾਲ ਦੀ ਸਰ, ਠੀਕ ਹੈ, ਠੀਕ ਹੈ ਸਰ। ਮਤਲਬ ਕੋਈ ਵੀ ਗ੍ਰਾਹਕ ਸਾਡੇ ਨਾਲ ਜੁੜੇਗਾ ਫਸਟ ਟਾਈਮ ਜੁੜਦਾ ਤਾਂ ਵੀ ਅਸੀਂ ਉਹਨੂੰ ਮਸ਼ੀਨ ਦੀ ਗਰੰਟੀ 1 ਸਾਲ ਦੀ ਦੇਵਾਂਗੇ ਸਰ, ਠੀਕ ਹੈ, ਰੀਜ਼ਨੇਬਲ ਪ੍ਰਾਈਸ 'ਚ ਸਰ, ਠੀਕ ਹੈ। ਸਰ ਸਾਡੇ ਦਰਸ਼ਕਾਂ ਨੂੰ ਐਡਰੈਸ ਵੀ ਕਨਫਰਮ ਕਰਾ ਦਿਓ ਕਿਉਂਕਿ ਕਈਆਂ ਨੂੰ ਪਤਾ ਨਹੀਂ ਲੱਗਦਾ ਅਤੇ ਇਸ ਕਰਕੇ ਜਿਹੜਾ ਸਿੱਧਾ ਡਾਇਰੈਕਟ ਤੁਹਾਡੇ ਕੋਲ ਆਸਕਣ ਉਹਨਾਂ ਨੂੰ ਐਡਰੈਸ ਦੱਸ ਦਿਓ ਜੀ। ਆਪਣਾ ਐਡਰੈਸ ਜਿਵੇਂ ਮੈਂ ਪਹਿਲੇ ਵੀ ਦੱਸਿਆ ਆਪਣਾ ਜਿਹੜਾ ਐਡਰੈਸ ਹੈ ਕੰਧਵਾਲਾ ਰੋਡ ਹੈ ਜਿਹੜਾ, ਠੀਕ ਹੈ ਜੀ। ਕੰਧਵਾਲਾ ਰੋਡ ਤੋਂ ਆਪਾਂ ਜਦੋਂ 10 ਨੰਬਰ ਗਲੀ ਮੇਨ ਤੇ ਆਉਂਦੇ ਹਾਂ ਤੇ 11 ਨੰਬਰ ਦੇ ਸਾਹਮਣੇ ਹੈਗਾ ਬਾਲਾਜੀ ਸਵੀਟ ਹਾਊਸ, ਬਾਲਾਜੀ ਸਵੀਟ ਹਾਊਸ ਦੇ ਬਿਲਕੁਲ ਸਾਹਮਣੇ ਹੈ, ਇਹ ਗੁਰਦੁਆਰੇ ਦਾ ਟ੍ਰੇਡਮਾਰਕ ਹੈ। ਤੁਸੀਂ ਕੰਧਵਾਲਾ ਰੋਡ ਤੇ ਆਉਣਾ, ਗੁਰਦੁਆਰੇ ਦੇ ਕੋਲ ਆ ਕੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 9914788892। ਸਾਡਾ ਆਫਿਸ ਬਿਲਕੁਲ ਨਜ਼ਦੀਕ ਹੀ ਹੈ, ਸਾਡਾ ਜਿਹੜਾ ਆਫਿਸ ਦਾ ਲੜਕਾ ਬਾਹਰ ਖੜਾ ਹੋ ਜਾਏਗਾ ਜੇ ਕਿਸੇ ਨੂੰ ਆਫਿਸ ਨਹੀਂ ਵੀ ਲੱਭਦਾ ਹੈ ਤਾਂ। ਔਰ ਬਿਲਕੁਲ ਸਾਡੇ ਕੋਲ ਜਿਹੜੇ ਜੈਨੂਇਨ ਪ੍ਰੋਡਕਟਸ ਹੈਗੇ ਸਾਡੇ ਕੋਲ ਸਾਰੇ, ਠੀਕ ਹੈ। ਤੁਸੀਂ ਸਾਨੂੰ ਇੱਕ ਵਾਰ ਜ਼ਰੂਰ ਮੌਕਾ ਦਿਓ, ਇੱਕ ਵਾਰ ਆਪਦੇ ਘਰ ਦਾ ਪਾਣੀ ਜਿਹੜਾ ਹੈਗਾ ਜ਼ਰੂਰ ਚੈੱਕ ਕਰਾਓ, ਠੀਕ ਹੈ ਜੀ, ਅਤੇ ਸਰਵਿਸ ਸਾਡੇ ਕੋਲ ਕਰਾਓ। ਅੱਛੀ ਸਰਵਿਸ ਮਿਲੇਗੀ, ਸਿਹਤ ਨਾਲ ਸੰਬੰਧਿਤ ਪ੍ਰੋਡਕਟ ਹੈਗਾ ਜੀ, ਠੀਕ ਹੈ, ਔਰ ਬਹੁਤ ਹੀ ਅੱਛਾ ਅਸੀਂ ਕੰਮ ਕਰਾਂਗੇ। ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੇ ਕਿਉਂਕਿ ਇਸ ਤਰ੍ਹਾਂ ਦੇ ਆਫਰ ਤੁਹਾਨੂੰ ਯੂਰੇਕਾ ਹਾਊਸ ਤੋਂ ਇਲਾਵਾ ਕਿਤੇ ਨਹੀਂ ਮਿਲਣੇ, ਅਤੇ ਅਬੋਹਰ ਦੇ ਬਿਜ਼ਨਸ ਵਾਸਤੇ ਆਪਾਂ ਅਕਸਰ ਇਸ ਤਰ੍ਹਾਂ ਦੇ ਪ੍ਰਯਾਸ ਕਰਦੇ ਰਹਿੰਦੇ ਹਾਂ, ਅਤੇ ਇਹ ਪ੍ਰਯਾਸ ਵੀ ਸਫਲ ਹੋਣਗੇ ਜੇ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ। ਅਤੇ ਜੇ ਤੁਸੀਂ ਇਹ ਪ੍ਰੋਡਕਟ ਖਰੀਦਣਾ ਚਾਹੁੰਦੇ ਹੋ ਜਾਂ ਸਰਵਿਸ ਵਧੀਆ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਯੂਰੇਕਾ ਹਾਊਸ, ਕੰਧਾਲਾ ਰੋਡ, ਗੁਰਦੁਆਰੇ ਦੇ ਨੇੜੇ, ਬਾਲਾਜੀ ਸਵੀਟ ਹਾਊਸ ਦੇ ਸਾਹਮਣੇ, ਅਬੋਹਰ।